ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਸ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ। ਅੱਜ ਅਸੀਂ ਕੀਰਤਨ 'ਤੇ ਨਹੀਂ ਚੱਲੇ। ਅੱਜ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਵੀ ਅਸੀਂ ਕੀ ਕਰਨ ਚੱਲੇ ਹਾਂ। ਮੇਰੇ ਨਾਲ ਬੈਠੇ ਨੇ ਮੇਰੇ ਪਰਮ ਮਿੱਤਰ, ਬਚਪਨ ਦੇ ਸਾਥੀ, ਲੰਗੋਟੀਆ ਯਾਰ। ਆਪਣੀ ਗੱਡੀ ਲੰਘਾ ਲਈਏ, ਗੱਡੀ ਕੀ ਕਰ ਲਵਾਂ ਮੈਂ ਥੋੜ੍ਹੀ ਜਿਹੀ। ਸੋ ਜੀ, ਅੱਜ ਅਸੀਂ ਜਾ ਰਹੇ ਹਾਂ ਜੀ ਕ੍ਰਿਕਟ ਖੇਡਣ ਲਈ। ਕਮਾਲ ਦੀ ਗੱਲ ਹੈ ਅਤੇ ਕ੍ਰਿਕਟ ਖੇਡਿਆ ਬੜੇ ਸਾਲ ਹੋ ਗਏ। ਪਹਿਲਾਂ ਇੱਕ ਸਮਾਂ ਹੁੰਦਾ ਸੀ ਜਦੋਂ ਬਹੁਤ ਕ੍ਰਿਕਟ ਖੇਡੀ ਅਸੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਭਾਜੀ ਕੀ ਹਾਲ ਚਾਲ? ਸੋ ਅਸੀਂ ਮੁਹੱਲੇ ਦੇ ਸਾਰੇ ਜਿਹੜੇ ਮੁੰਡੇ ਉਹ ਛੋਟੇ ਵੱਡੇ ਸਾਰੇ ਜਿਨ੍ਹਾਂ ਨੂੰ ਕ੍ਰਿਕਟ ਦਾ ਸ਼ੌਂਕ ਹੈ ਉਹ ਸਾਰੇ ਅੱਜ ਅਸੀਂ ਚੱਲੇ ਹਾਂ ਜੀ, ਵਿੱਚੇ ਹੀ ਵੱਡੇ ਅਤੇ ਵਿੱਚੇ ਬੱਚੇ। ਅਤੇ ਬਾਕੀ ਅਪਡੇਟਾਂ ਤੁਹਾਨੂੰ ਸਾਰੇ ਅਸੀਂ ਦਿੰਦੇ ਹਾਂ ਵੀ ਕਿੱਥੇ ਚੱਲੇ ਹਾਂ ਉਹ ਸਾਰਾ ਤੁਹਾਨੂੰ ਦਿਖਾਉਂਦੇ ਹਾਂ ਅਸੀਂ। ਅਤੇ ਅੱਜ ਦਾ ਇਹ ਵਲੋਗ ਸਾਰਾ ਕ੍ਰਿਕਟ ਵਾਲਾ ਵਲੋਗ ਹੋਏਗਾ ਜੀ। ਚਲੋ ਜੀ, ਹੈਲਥ ਵੀ ਜ਼ਰੂਰੀ ਹੈ, ਥੋੜ੍ਹਾ ਬਹੁਤਾ ਖੇਡਦੇ ਰਹਿਣਾ ਚਾਹੀਦਾ। ਚੱਲਦੇ ਹਾਂ ਜੀ। ਕਿਉਂ ਜਗਜੀਤ ਸਿੰਘ ਜੀ? ਬਿਲਕੁਲ ਜੀ, ਚਲੋ ਜੀ। ਲਓ ਜੀ, ਪਹੁੰਚ ਗਏ ਹਾਂ ਜੀ। ਅਤੇ ਲਓ ਜੀ, ਪਹੁੰਚ ਗਏ ਹਾਂ ਜੀ। ਆਹ ਦਿਖਾਓ ਗਰਾਊਂਡ, ਸਾਡੀ ਨੈੱਟ ਗਰਾਊਂਡ। ਜਿਹਨੇ ਨਹੀਂ ਖੇਲਿਆ ਉਹ ਸ਼ੂਜ਼ ਲਾ ਸਕਦਾ ਜੀ। ਲਓ ਜੀ, ਆਹ ਦੇਖੋ ਜੀ, ਆਹ ਅੱਠਾ ਮਤਲਬ ਸਿਕਸ ਤਾਂ ਸੁਣਿਆ ਸੀਗਾ, ਇਹ ਜਿਹੜਾ ਅੱਠਾ ਹੈਗਾ ਇਹ ਵੀ ਮਾਰ ਸਕਦੇ ਹੋ ਤੁਸੀਂ ਜੇ ਇਹਦੇ ਤੇ ਲੱਗ ਗਈ ਬੋਲ ਤੇ ਅੱਠ ਹੈ। ਵਾਹ, ਕਰੋ 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 ਵੀ, ਮੈਨੂੰ ਬਾਅਦ ਵਿੱਚ ਸਿਲੈਕਟ ਕਰ ਲਿਓ, ਜਿੱਥੇ ਬੰਦਾ ਘਟਦਾ ਉੱਥੇ ਮੈਂ ਆ ਜਾਵਾਂਗਾ। ਕਿੱਦਾਂ ਕਿਰਤ? ਬਸ ਵਧੀਆ ਜੀ, ਤਿਆਰੀ। ਤੁਸੀਂ ਦੇਖੋ ਅਸੀਂ ਕ੍ਰਿਕਟ ਖੇਡਦੇ ਹਾਂ ਕਿਵੇਂ। ਅੱਜ ਭਾਈ ਸਾਹਿਬ ਕ੍ਰਿਕਟ ਦੇ ਖੇਡਣਗੇ। ਆਹੋ ਆਉਣਾ, ਮੈਨੂੰ ਯਾਦ ਆ ਗਿਆ, ਇੱਕ ਨਾ ਸਾਡੇ ਡੰਡੇ ਵੀਰ ਜੀ ਹੈਗੇ ਸਿੰਗਾਪੁਰ ਤੋਂ। ਆਹੋ ਆਹੋ, ਉਹ ਕਹਿੰਦੇ ਵੀ ਆ ਅਮਨਜੋਤ ਨਾ ਤਬਲਾ ਬਹੁਤ ਸੋਹਣਾ ਖੇਡਦਾ ਖੇਡਦਾ ਹੈਗਾ, ਖੇਡਦਾ ਨਹੀਂ ਹੁੰਦਾ, ਇਹ ਵਜਾਉਂਦੇ ਹੁੰਦੇ ਆ। ਸੋ ਅੱਜ ਅਸੀਂ ਐਕਚੁਅਲੀ ਖੇਡਣ ਆਏ ਹਾਂ। ਸਾਢੇ ਦਸ ਵਜੇ ਤੱਕ ਇੱਥੇ ਹੈਗੇ ਆ। ਅੱਛਾ, ਸਾਢੇ ਦਸ ਤੋਂ ਬਾਅਦ ਕੋਈ ਹੋਰ ਟੀਮ ਆ ਜਾਏਗੀ। ਤੇ ਹੁਣ ਟਾਈਮ ਕੀ ਹੋਇਆ? 9 ਵਜ ਗਏ ਹੋਣੇ ਆ। 9 ਵਜ ਗਏ ਪੂਰੇ, 9:10 ਹੋ ਗਏ। ਚਲੋ ਜੀ, ਪਹਿਲੇ ਟੀਮ ਕਰ ਲਓ, ਆਇਓ ਆਣਾ ਕਿਸੇ ਨੇ। ਰਾਜੇ ਯਾਰ ਆਇਓ ਯਾਰ, ਇੱਕ ਮੈਂ ਟੀਮ ਕਰ ਲਈਏ। ਆਣਾ ਹੋਰ ਕਿਸੇ ਨੇ? ਨਹੀਂ ਆਪਾਂ ਹੀ ਆ, ਬਸ ਆਪਾਂ ਹੀ ਚੱਲ ਵੀ ਮੰਗ ਆਪ ਦੋ ਮੌਨ ਪਾਣ। ਓਹੋ ਮੰਗ ਮੰਗੇ ਜਲਦੀ ਕਰ। ਜੱਸੀ ਆ ਗਿਆ। ਓ ਜੀ ਜੱਸੀ ਚੱਲ ਨਾਲ, ਕਹਿ ਦੇਣਾ ਇਦਾਂ ਨਾਲ ਚਲੋ। ਇਹ ਤਾਂ ਸਾਹਮਣੇ ਕਾ ਤੁਹਾਨੂੰ ਖਾਲੀ ਕਹਿ ਜਾਊਗਾ, ਸਿਰ ਬਾਹਰ ਨੇ ਉੱਪਰ ਉੱਪਰ। ਪਿੱਛੇ ਭੱਜ ਸਕਦੇ ਹੋ? ਓ ਰਾਜੇ 5 ਓਵਰ ਪਿੱਛੇ ਹੀ ਨਹੀਂ ਖੜਾ ਕਰਦਾ। ਸਾਈਨ ਨਹੀਂ ਉਹਨਾਂ ਦਾ ਯਾਰ, 5 ਓਵਰ ਹੋ ਗਏ। ਟੋਟਲ ਓਵਰ ਕਿੰਨੇ? 5 5 ਓ ਯਾਰ, ਤੂੰ ਬਾਰੀ ਲੈਣੀ ਆ, 5 ਓਵਰ ਮੈਚ ਵੀ ਲੈਣੇ ਆ। 50 ਤੋਂ ਚੱਲਣਾ ਯਾਰ, 5 ਓਵਰ ਸਿੰਗਲ ਸਿੰਗਲ ਸਾਰਿਆਂ ਦੇ ਇੱਕ ਇੱਕ। ਐਦਾਂ ਕਰ ਲਓ। ਚਲੋ ਚਲੋ, ਮੈਂ ਪੂਰਾ ਇਕੱਠਾ ਹੋ ਗਿਆ। ਓ ਯਾਰ ਐਦਾਂ ਨਾ ਕਰੋ ਯਾਰ, ਸਿੰਗਲ ਲੈਣ ਦੇਣਾ, ਸਿੰਗਲ ਨਹੀਂ ਕੋਈ ਓਵਰ ਮਾਤਰਾ ਸਿੰਗਲ ਦੇ ਜਾਣਾ ਸਾਰਾ। ਓਵਰ ਪਾਉਂਦੇ ਆ ਖਲੋ, ਜਿੱਦਾਂ ਮਰਜ਼ੀ ਕਰੋ। ਸ਼ੁਰੂ ਕਰੋ, ਸ਼ੁਰੂ। ਬਿਲਕੁਲ
ਹੈਲੋ ਸਾਡੀ ਟੀਮ ਵੀ ਨਹੀਂ ਆਇਆ ਇੱਕ ਹੋਰ ਤੁਹਾਡੀ ਟੀਮ ਵੀ ਹੋਊਗਾ वाइट बॉल ओपोनेंट टीम ने साडा खाता खोलिया रन 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 ओ वाइट बॉल ओपोनेंट टीम ने साडे खाते खोले ओ ही रन बनाई जांदे आपां देखना बस आओ टिपते हैगे भाई टिपते भी हैगे ओह शॉट है शॉट है रन 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 सिंगल सिंगल रनिंग बिटवीन द विकेट्स पहला ओवर तो हाथ खोलदे लग जाने मैं लगता चलो 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 अप्रीत ओवर समाप्त हो विकेट कीपर आ गया है आउट हो गए नहीं नहीं इतना नहीं बॉल ओ ओ ओ ओ ओ बच गए फील्डिंग टाइट कर रखेगा बंदे ज्यादा हैं बंदे ज्यादा फील्डिंग पूरी ओके कर रहे हैं मजा उतना ही आऊंगा हां ओ गुड राजू भाई आ गए कीपर रन 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 लो जी हैरी जी हैरी इनू मारना ਇਹਦੀ ਬੋਲ ਠੀਕ ਠਾਕ ਹੀ ਵਧੀਆ 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 ਉਹ ਹੈਰੀ ਆਊਟ ਹੋ ਗਿਆ ਜੀ ਰਨ ਆਊਟ ਹੋ ਗਿਆ ਜੀ ਸਾਡਾ ਬੰਦਾ ਲਿਆਓ ਮਾਰੇ ਲਿਆਓ ਲਓ ਜੀ ਆ ਸਾਰਾ ਸਮਾਨ ਇੱਥੇ ਪਿਆ ਚਲੋ ਜੀ नहीं जड़े आउट नहीं हुए जिदा आप खेड सकते ना बस ठीक है ओहो लो जी असी माड़ा जहा हटे हैं तो इतने विकटा डिगनिया शुरू हो गई साड़ी टीम दिया
ਵੀਰੇ ਲੱਗਦਾ ਆਪਾਂ ਨੂੰ ਜਾਣਾ ਪੈਣਾ ਵਾਪਸ ਮੈਨੂੰ ਲੱਗ ਰਿਹਾ ਤੂੰ ਤੁਰ ਗਿਆ ਨਾ ਲੋ ਜੀ ਸਾਡੀ ਫੀਲਡਿੰਗ ਆਈ ਹੈ ਹੁਣ ਆਪਾਂ ਫੀਲਡਿੰਗ ਕਰਾਂਗੇ ਮੁੰਡੇ ਦੇਖ ਲਓ ਸਾਡੇ ਮੁੰਡੇ ਦਾ ਨਾਮ ਹਰਪ੍ਰੀਤ ਭਾਜੀ ਭੱਜਿਓ ਤੇਜ ਓ ਪੋਰੀਆ ਬਈ ਗੁੱਡ जित गए अहीं मैच पहला मैच जित गए वेरी गुड एक मैच जित गए आपां ते हुण दूजा मैच शुरू होण जा रहा है फिर साडी बैटिंग है ते इस वक्त साडे हैरी जी ते कीरत जी हैगे ने ओपनिंग ते पहला मैं गया सीगा ते नाल एक सिंह होर गया सीगा ते हुण दोबारा बैटिंग शुरू होण जा रही है सो तुसी मैच दा लुत्फ उठाओ लो जी हैरी जी ऑन स्ट्राइक हैरी भाजी चक दिओ अपना ही है ना तू बंदा फड़ी ना बोल ना फड़ी हाँ अच्छा अच्छा फर्स्ट बॉल ते जे चौका वजह तो 8 स्कोर है छिका वजह तो 12 जे 8 बज गया तो 16 ओहो कमाल करती कमाल है ओ हैरी जी दो जी पहली पहली बॉल ते 12 स्कोर मिल गया सानू ओ बल्ले 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 हैरी तो कमाल करी जा रहे हैं हैरी कमाल करी जा रहे हैं मेरे पहला क्यों नहीं समझाया तू भी मैं अच्छा बैठना ना वाह जी गुरकीरत सिंह स्ट्राइक से ओ गुड शॉट ओ वेल डन कीरत शाबाश गुड 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 शॉट कीरत गुड शॉट लो जी साडा मैच खत्म हो गया ते साढ़े तीन मैच सीगे ए रल मिल के तीन जित ले पता नहीं कौन साडा ना असल विच खैर है तो शुगल मेला ही सीगा जतन हारन दी तां कोई ओ खेड है ही नहीं सीगी पर आनंद बहुत आया हाँ जग्गी भाई साढ़े बहुत वधिया प्लेयर प्रोफेशनल प्लेयर इन्हें एक ओवर च बंदे ने काम करता है जसकरन भाई है जसकरन हाँ जसकरन भाई साहब एक चीज है कि भाई साहब हाँ अपन बहुत खुशी हुई हाँ कि अपन तो आठवीं विकेट जड़ी है और सानू मिली ये अपन काट देना मैं एडिटिंग मैं ही करनी है एक विकेट लाके खुश हो रहा है लो जी कुछ प्रसादे पानी की भुख लग गई है तो चलते हैं कुछ छक लीए हाँ जी हाँ 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 कोई नहीं हरप्रीत
ਆਜੋ ਕਿਰਤ ਹੁਣ ਆਪਾਂ ਕਿੱਥੇ ਚੱਲੇ ਆ ਆਪਾਂ ਚੱਲੇ ਆ ਜੀ ਕਿਤੇ ਖਾਣ ਪੀਣ ਖਾਣ ਪੀਣ ਚੱਲੇ ਆ ਠੀਕ ਲੋ ਜੀ ਹਵੇਲੀ ਆਏ ਆ ਸਾਡੇ ਜਗੀਰ ਸਿੰਘ ਵੀਰ ਜੀ ਸਾਨੂੰ ਲੰਗਰ ਛਕਾਉਣਗੇ ਆਪ ਜੀ ਆਓ ਕਾਫੀ ਲੱਗ ਗਈ ਹੈ ਬਹੁਤ ਇੰਟੈਂਸ ਮੈਚ ਹੋਇਆ ਸੀ ਮੈਨੂੰ ਵੀ ਬੜੀ ਭੁੱਖ ਲੱਗੀ ਆ ਤੂੰ ਤਾਂ ਖੇਡੇ ਹੀ ਨਹੀਂ ਫਿਰ ਵੀ ਤੈਨੂੰ ਭੁੱਖ ਲੱਗੀ ਫਿਰ ਵੀ ਮੈਂ ਖੜਾ ਤਾਂ ਰਿਹਾ ਨਾ ਇੰਨੀ ਦੇਰ ਆਹੋ ਤੂੰ ਵੀਡੀਓ ਬਣਾ ਰਿਹਾ ਸੀ ਸ਼ਕੋ ਸ਼ਕੋ ਸ਼ਕੋ